ਜੀ ਉਹ ਆ ਜੀ ਹੈਵੀ ਬੈਗ ਸਾਡੀ 200 cc ਸਿਰਫ ਵੀਡੀਓਜ਼ ਖਾਤਰ ਲਈ ਆ ਕਿ ਕਾਫੀ ਸਾਰੇ ਲੋਕ ਕਮੈਂਟਸ ਕਰਦੇ ਸੀ ਕਿ ਤੁਹਾਡੇ ਜਿਹੜੇ ਮੋਟਰਸਾਈਕਲ ਹੈਗੀਆਂ ਉਹ ਥੱਕੜ ਆ ਸਹੀ ਨਹੀਂ ਹੈ ਇਸ ਵਜ੍ਹਾ ਤੋਂ ਅਸੀਂ ਵੱਡੀ ਮੋਟਰਸਾਈਕਲ ਲਈ ਆ ਅਗੋ ਨਾ ਵੀਡੀਓ ਵਗੈਰਾ ਬਣਾ ਸਕੀਏ ਤੁਹਾਡੇ ਵਾਸਤੇ ਪਹਿਲੇ ਸਾਡੇ ਕੋਲ ਸੀ ਇਹ 125 ਇਹਦੀ ਵੈਸੇ ਅਸੀਂ ਮੱਤ ਮਾਰ ਲਈ ਆ ਹੁਣ ਉਹਦੀ ਮੱਤ ਮਾਰਨੀ ਆ ਵੀਡੀਓ ਬਣਾਉਣੀ ਆ ਇਨਸ਼ਾਅੱਲਾ ਇਹ ਸਟੈਂਡ ਬਣਵਾਇਆ ਸਪੈਸ਼ਲ ਜਿਹਾ ਹੱਥ ਵਿੱਚ ਜਿਹੜਾ ਟਾਇਰ ਲੱਗਾ ਹੋਇਆ ਛੋਟੀ ਰੇਹੜੀ ਦਾ ਹੱਥ ਵਾਲੀ ਰੇਹੜੀ ਦਾ ਇਹਦੇ ਨਾਲ ਵੀਲ ਲਗਾਇਆ ਕਰਨਾ ਮੋਟਰਸਾਈਕਲ ਦਾ ਅਤੇ ਨਾਲ ਜਿਹੜਾ ਹੈ ਉਹਦੇ 'ਤੇ ਪੜਾ ਚਾੜਿਆ ਕਰਨਾ ਇੱਧਰ ਬੈਲਟ ਚੜ੍ਹਨਾ ਹੋਰ ਵੀ ਚਲਾਵਾਂਗੇ ਇਨਸ਼ਾਅੱਲਾ ਇਹਦੇ ਨਾਲ ਮਸ਼ੀਨਾਂ ਵੀ ਚਲਾਵਾਂਗੇ ਇੱਧਰ ਨੂੰ ਨਿਕਲਣਾ ਇੱਧਰ ਨੂੰ ਨਿਕਲਣਾ ਸੈਂ ਇੱਦਾਂ ਹੀ ਮੁਕਾਈ ਸੀ ਅਸੀਂ ਹਾਂਜੀ ਜੀ ਆ ਜੀ ਆ ਪਟਾ ਪੂਰਾ ਹੀ ਆ ਠੀਕ ਆ ਸਟੈਂਡ ਥੋੜਾ ਜਿਹਾ ਪਰੇ ਖਿੱਚ ਲਓ ਆ ਸਾਡੇ ਇਧਰ ਨੂੰ ਕਰ ਲੈ ਸਿੱਧੇ ਨਹੀਂ ਲੈ ਮੈਨੂੰ ਲੱਗਦਾ ਆੜੀ ਸਾਈਡ ਆ ਨਾ ਇਧਰਲੀ ਸਾਈਡ ਅੱਗੇ ਨੂੰ ਕਰ ਮੈਨੂੰ ਲੱਗਦਾ ਪਟਾ ਵੀ ਵਿੰਗਾ ਸਾਈਡ ਅੱਗੇ ਨੂੰ ਖਿੱਚ ਇਧਰ ਥੋੜਾ ਹੋਰ ਅੱਗੇ ਕਰ ਆੜੀ ਜਗਾ ਨਾ ਬਹੁਤ ਹੀ ਸਾਫ ਹੋਈ ਗਈ ਸਲਿਪ ਮਾਰ ਲਈ ਉਹਨੇ ਉਹ ਸਲਿਪ ਵਾਲੀ ਗੱਲ ਹਟ ਜੂਗੀ ਲੈਣ ਸਿੱਧੀ ਕਰ ਲੈ ਲੈਣ ਸਿੱਧੀ ਹੋ ਜਾਣਾ ਰੇੜਾ ਤੇ ਬਰਾ ਕਰਦੇ ਵੈਸੇ ਆਹਾ ਜਿਹੜਾ ਬੈਲਟ ਬੈਲਟ ਲਾ ਕੇ ਪੈਰ ਰੱਖਣਾ ਵਿੱਚ
ਥੋੜਾ ਬਾਈ ਥੋੜਾ ਓਏ ਸਾਹ ਦੇ ਥੋੜਾ ਥੋੜਾ